PSSB ਲੇਬਰ ਇੰਸਪੈਕਟਰ ਸੀਨੀਅਰ ਅਸਿਸਟੈਂਟ ਤਾਂ ਪੇਪਰ ਬਹੁਤ ਨੇੜੇ ਆ ਚੁੱਕੇ ਨੇ। ਸਟੂਡੈਂਟਸ ਦੀਆਂ ਹਲੇ ਵੀ ਸਟਰੈਟਜੀਜ਼ ਚੇਂਜ ਹੋ ਰਹੀਆਂ ਨੇ ਡੇ ਬਾਏ ਡੇ। ਜਸਟ ਆਫਟਰ ਸਮ ਡੇਜ਼ ਨਵੀਂ ਸਟਰੈਟਜੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦਾ ਮਤਲਬ ਸਿੰਪਲ ਇਹੀ ਹੈ ਕਿ ਹਲੇ ਤੁਹਾਡੇ ਵਿੱਚ ਸਟੇਬਿਲਿਟੀ ਨਹੀਂ ਆਈ, ਹਲੇ ਤੁਹਾਨੂੰ ਇਹ ਚੀਜ਼ ਨਹੀਂ ਪਤਾ ਲੱਗੀ ਵੀ ਕਿਹੜੀ ਸਟਰੈਟਜੀ ਬਿਲਕੁਲ ਸਹੀ ਹੈ। ਦੇਖੋ, ਸਭ ਤੋਂ ਸਹੀ ਤਾਂ ਕੋਈ ਸਟਰੈਟਜੀ ਹੋ ਹੀ ਨਹੀਂ ਸਕਦੀ। ਬਿਲਕੁਲ ਸਹੀ ਹੋ ਸਕਦੀ ਹੈ, ਵਧੀਆ ਹੋ ਸਕਦੀ ਹੈ, ਇਸ ਨਾਲੋਂ ਇਸ ਇਹ ਵਧੀਆ ਹੋ ਸਕਦੀ ਹੈ, ਹੋ ਸਕਦਾ ਆਨਲਾਈਨ ਟਾਈਮ 'ਚ ਇਸ ਤੋਂ ਵੀ ਕੋਈ ਵਧੀਆ ਬਣ ਜੇ, ਠੀਕ ਹੈ ਜੀ। ਤਾਂ ਐਜ਼ ਔਨ ਟੂਡੇ ਆਪਣੇ ਐਕਸਪੀਰੀਅੰਸ ਦੇ ਬੇਸ 'ਤੇ ਜਿਹੜੇ ਸਟੂਡੈਂਟਸ ਰੀਸੈਂਟਲੀ ਸਿਲੈਕਟ ਹੋਏ ਨੇ, ਜਿਵੇਂ ਕਿ ਕਾਰਪੋਰੇਸ਼ਨ ਇੰਸਪੈਕਟਰ ਦੇ ਵਿੱਚ ਬਹੁਤ ਵਧੀਆ ਵਧੀਆ ਮਾਰਕਸ ਆਏ ਨੇ, ਫੈਕਲਟੀ ਦੇ ਨੰਬਰ ਵਧੀਆ ਆਏ ਨੇ, ਉਹਨਾਂ ਦੇ ਐਕਸਪੀਰੀਅੰਸ ਦੇ ਬੇਸ 'ਤੇ ਜਾਂ ਆਲਰੇਡੀ ਸਟੂਡੈਂਟਸ ਕੁਝ ਸਟਰੈਟਜੀਜ਼ ਫੋਲੋ ਕਰ ਰਹੇ ਨੇ, ਉਹਨਾਂ ਨੂੰ ਕਿਹੜੀਆਂ ਸਕਸੈਸਫੁਲ ਲੱਗ ਰਹੀਆਂ ਨੇ ਸਟਰੈਟਜੀਜ਼, ਉਸ ਬੇਸ 'ਤੇ ਜਿਹੜਾ ਹੈਗਾ ਅੱਜ ਦੀ ਆਪਾਂ ਡਿਸਕਸ਼ਨ ਕਰਾਂਗੇ। ਦੇਖੋ, ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਜਿਹੜਾ ਲੇਬਰ ਇੰਸਪੈਕਟਰ ਦਾ ਪੇਪਰ ਹੈ, ਜਿਹੜੀ ਲੇਬਰ ਇੰਸਪੈਕਟਰ ਦਾ ਪੇਪਰ ਹੋਣ ਜਾ ਰਿਹਾ 5 ਜਨਵਰੀ ਨੂੰ, ਉਹ ਓਪਰਚੁਨਿਟੀ ਬਹੁਤ ਹੀ ਘੱਟ ਚਾਂਸਿਸ ਨੇ ਕਿ ਤੁਹਾਨੂੰ ਦੁਬਾਰਾ ਉਸ ਤਰ੍ਹਾਂ ਦੀ ਆਉਣ ਵਾਲੇ ਟਾਈਮ 'ਚ ਕਦੇ ਲਾਈਫ 'ਚ ਓਪਰਚੁਨਿਟੀ ਮਿਲੇਗੀ। ਬਹੁਤ ਹੀ ਵਧੀਆ ਪੋਸਟ ਹੈ, ਬਹੁਤ ਹੀ ਕਹਿ ਲਓ ਵੀ ਰੈਪਿਊਟਿਡ ਪੋਸਟ ਹੈ, ਬਹੁਤ ਹੀ ਜ਼ਿਆਦਾ ਕੋਵੇਟਿਡ ਪੋਸਟ ਹੈ, ਮਤਲਬ ਉਹਨੂੰ ਹਰ ਬੱਚਾ ਚਾਹੁੰਦਾ ਵੀ ਸਾਨੂੰ ਮਿਲ ਜਾਵੇ। ਤਾਂ ਹਰ ਬੱਚੇ ਨੂੰ ਤਾਂ ਪੋਸਟ ਮਿਲਣੀ ਨਹੀਂ ਹੈਗੀ, ਸਿੰਪਲ ਜੀ ਗੱਲ ਹੈ, ਬਹੁਤ ਹੀ ਲਿਮਿਟਿਡ ਜੀਆਂ ਸੀਟਾਂ ਨੇ, ਪੇਪਰ ਦੇਣਾ ਤਾਂ ਸਾਰਿਆਂ ਨਹੀਂ ਹੈ। ਹੁਣ ਮੈਟਰ ਇਹ ਕਰੇਗਾ ਵੀ ਤੁਸੀਂ ਉਹਦੇ ਲਈ ਤਿਆਰੀ ਕਰ ਰਹੇ ਹੋ ਜਾਂ ਨਹੀਂ, ਜੇ ਕਰ ਰਹੇ ਹੋ ਤਾਂ ਕਿਸ ਹੱਦ ਤੱਕ ਤਿਆਰੀ ਕਰ ਰਹੇ ਹੋ, ਉਹ ਚੀਜ਼ ਬਹੁਤ ਜ਼ਿਆਦਾ ਮੈਟਰ ਕਰੇਗੀ। ਮੈਂ ਵਾਰ ਵਾਰ ਕਹਿ ਰਿਹਾ, ਪਰਟੀਕੁਲਰਲੀ ਲੇਬਰ ਇੰਸਪੈਕਟਰ 'ਚ ਮੈਂ ਇਹ ਕਹਾਂਗਾ, ਜਾਂ ਤਾਂ ਉਹਦੀ ਤਿਆਰੀ ਛੱਡ ਦਿਉ ਜਾਂ ਫਿਰ ਉਹਦੀ ਤਿਆਰੀ ਇੰਨੀ ਚੰਗੀ ਤਰ੍ਹਾਂ ਕਰੋ ਜਿੰਨੀ ਰਿਕੁਆਇਰਡ ਹੈ। ਉਹਦੇ ਵਿੱਚ ਜੇ ਤੁਸੀਂ ਕਹੋਗੇ ਵੀ ਚਲੋ ਇੰਨਾ ਕੁ ਪੜ੍ਹ ਲੈਂਦੇ ਹਾਂ, ਇਹ ਕਰ ਲੈਂਦੇ ਹਾਂ, ਨੋ ਚਾਂਸ, ਤੁਹਾਡੀ ਇੰਨੀ ਕਿਸਮਤ ਵਧੀਆ ਹੋ ਹੀ ਨਹੀਂ ਸਕਦੀ ਕਿਸੇ ਵੀ ਕੰਡੀਸ਼ਨ ਕਿ ਤੁਹਾਡਾ ਲੇਬਰ ਇੰਸਪੈਕਟਰ ਚੱਲਦੇ ਫਿਰਦੇ ਹੋ ਜੇ। ਦੇਖੋ, ਮੈਂ ਸੀਨੀਅਰ ਅਸਿਸਟੈਂਟ ਵਿੱਚ ਨਹੀਂ ਲੈ ਕੇ ਆ ਰਿਹਾ, ਸੀਨੀਅਰ ਅਸਿਸਟੈਂਟ ਸਮਟਾਈਮਸ, ਵੈਸੇ ਤਾਂ ਉਹ ਵੀ ਬਹੁਤ ਘੱਟ ਚਾਂਸਿਸ ਨੇ, ਹੋ ਸਕਦਾ ਵੈਸੇ ਹੀ ਹੋ ਜੇ ਵੀ ਤੁਹਾਡੀ ਪਹਿਲਾਂ ਦੀ ਬਹੁਤ ਤਿਆਰੀ ਸੀ, ਹੁਣ ਤੁਹਾਡੀ ਥੋੜ੍ਹੀ ਜਿਹੀ ਇਸ ਤਰ੍ਹਾਂ ਦੀ ਤਿਆਰੀ ਹੋ ਗਈ ਜਿਹਨੇ ਤੁਹਾਡਾ ਸਾਥ ਦਿੱਤਾ, ਬਟ ਲੇਬਰ ਇੰਸਪੈਕਟਰ ਨਹੀਂ, ਠੀਕ ਹੈ ਜੀ। ਤਾਂ ਹੁਣ ਧਿਆਨ ਨਾਲ ਸਮਝੋ, ਵਾਰ ਵਾਰ ਪਹਿਲੀ ਗੱਲ ਤਾਂ ਸਟਰੈਟਜੀ 'ਤੇ ਵਰਕ ਨਾ ਕਰੋ, ਇੱਕ ਲਾਸਟ ਸਟਰੈਟਜੀ ਆਪਣੀ ਬਣਾ ਲਓ ਐਟਲੀਸਟ ਫੋਰ ਦਾ ਨੈਕਸਟ ਸਮ ਮੰਥਸ, ਮਤਲਬ 2 ਮਹੀਨੇ ਦੀ ਤਾਂ ਬਣਾ ਲਓ, ਇਹ ਤਾਂ ਨਾ ਹੋਵੇ ਵੀ ਹਰ ਹਫ਼ਤੇ ਤੁਹਾਨੂੰ ਨਵੀਂ ਸਟਰੈਟਜੀ ਬਣਾਉਣੀ ਪੈ ਰਹੀ ਹੈ, ਠੀਕ ਹੈ ਜੀ। ਤਾਂ ਮੈਨੂੰ ਲੱਗਿਆ ਵੀ ਸਟੂਡੈਂਟਸ ਹਲੇ ਵੀ ਕਨਫਿਊਜ਼ ਨੇ, ਆਪਣੇ ਨੈਗੇਟਿਵ ਰਿਜ਼ਲਟਸ ਨੂੰ ਲੈ ਕੇ ਹਲੇ ਵੀ ਦੁਖੀ ਨੇ, ਹਲੇ ਵੀ ਉਹਨਾਂ ਨੂੰ ਵਾਰ ਵਾਰ ਡਾਊਟਸ ਆ ਰਹੇ ਨੇ ਕਿ ਮੈਂ ਸਹੀ ਪੜ੍ਹ ਰਿਹਾ, ਕਿ ਮੇਰੀ ਸਟਰੈਟਜੀ ਸਹੀ ਹੈ, ਕੀ ਪੜ੍ਹਨਾ ਚਾਹੀਦਾ, ਕੀ ਨਹੀਂ ਪੜ੍ਹਨਾ ਚਾਹੀਦਾ। ਬਹੁਤ ਸਟੂਡੈਂਟਸ ਨੂੰ ਹਲੇ ਵੀ ਪ੍ਰੋਬਲਮ ਹੈਗੀ ਹੈ, ਆਲਰੇਡੀ ਗੌਰਮੈਂਟ ਜੋਬਸ ਉਹ ਲੈ ਚੁੱਕੇ ਨੇ, ਪੇਪਰ ਉਹ ਕੁਆਲੀਫਾਈ ਕਰ ਚੁੱਕੇ ਨੇ, ਉਸ ਤੋਂ ਬਾਅਦ ਵੀ ਜੇ ਉਹ ਤਿਆਰੀ ਕਰ ਰਹੇ ਨੇ, ਉਹਨਾਂ ਨੂੰ ਵੀ ਨਹੀਂ ਸਮਝ ਆ ਰਿਹਾ ਵੀ ਹੁਣ ਪੜ੍ਹੀਏ ਕੀ, ਠੀਕ ਹੈ ਜੀ। ਤਾਂ ਧਿਆਨ ਨਾਲ ਸਮਝ ਲਓ, ਲੇਬਰ ਇੰਸਪੈਕਟਰ ਦੀ ਪਹਿਲਾਂ ਗੱਲ ਕਰਾਂਗੇ, ਲੇਬਰ ਇੰਸਪੈਕਟਰ ਲਈ ਤੁਹਾਨੂੰ ਆਮ ਨਾਲੋਂ ਬਹੁਤ ਕੁਛ ਖਾਸ ਕਰਨਾ ਪਏਗਾ। ਤੁਹਾਨੂੰ ਪੰਜਾਬੀ ਉਹੀ ਗੱਲਾਂ ਨੇ, ਪੰਜਾਬ ਜੀ ਕੇ ਰੀਜ਼ਨਿੰਗ ਬਹੁਤ ਜ਼ਿਆਦਾ ਕਰਨੀ ਪਏਗੀ, ਤੁਹਾਨੂੰ ਪੰਜਾਬੀ ਪੰਜਾਬ ਜੀ ਕੇ ਰੀਜ਼ਨਿੰਗ ਬਹੁਤ ਜ਼ਿਆਦਾ ਕਰਨੀ ਪਏਗੀ, ਤੁਹਾਨੂੰ ਕਰੰਟ ਅਫੇਅਰਸ ਬਹੁਤ ਧਿਆਨ ਨਾਲ ਕਰਨੇ ਪੈਣਗੇ, ਕਰੰਟ ਅਫੇਅਰਸ ਤੁਹਾਨੂੰ ਜਿਹੜਾ ਹੈਗਾ ਕਾਫੀ ਮੰਥਸ ਦੇ ਕਰਨੇ ਪੈਣਗੇ, ਪਰ ਬਹੁਤ ਹੀ ਤਰੀਕੇ ਨਾਲ। ਕਰੰਟ ਅਫੇਅਰਸ ਦੀ ਵੇਟੇਜ ਹੋ ਸਕਦਾ ਬਹੁਤ ਜ਼ਿਆਦਾ ਆ ਜਾਏ ਇਸ ਪੇਪਰ 'ਚ,
ਇਹ ਚੀਜ਼ ਤੁਹਾਨੂੰ ਐਜ਼ਿਊਮ ਕਰਕੇ ਚੱਲਣੀ ਪਏਗੀ, ਚਾਹੇ ਇਹ ਵੀ ਹੋ ਜਾਵੇ ਵੀ 4-5 ਹੀ ਕੁਸ਼ਚਨ ਆਉਣ ਕਰੰਟ ਅਫੇਅਰ ਦੇ, ਫਿਰ ਵੀ ਤੁਹਾਨੂੰ ਜਿਹੜਾ ਹੈਗਾ ਕਰੰਟ ਅਫੇਅਰਸ ਬਹੁਤ ਜ਼ਿਆਦਾ ਹੀ ਧਿਆਨ ਨਾਲ ਕਰਨੇ ਚਾਹੀਦੇ ਨੇ। ਤੁਹਾਨੂੰ ਲਾਸਟ 1 ਈਅਰ ਦੀ ਜਿਹੜੀ ਹੈਗੀ ਹੈ ਜੇ ਕਵਰੇਜ ਕਰ ਲਓਗੇ, ਪਰਟੀਕੁਲਰਲੀ ਲੇਬਰ ਇੰਸਪੈਕਟਰ ਦੀ ਗੱਲ ਹੋ ਰਹੀ ਹੈ, ਤਾਂ ਮੇਰੇ ਅਕੋਰਡਿੰਗ ਸੇਫ ਹੈ। ਕਿਉਂਕਿ ਜਦੋਂ ਆਪਾਂ ਤਿਆਰੀ ਕਰ ਰਹੇ ਹਾਂ, ਮਤਲਬ ਆਪਾਂ ਪੇਪਰ ਕੱਢਣਾ ਚਾਹੁੰਦੇ ਹਾਂ, ਆਪਾਂ ਇਹ ਨਹੀਂ ਪਤਾ ਲਾਉਣਾ ਚਾਹੁੰਦੇ ਵੀ ਆਪਾਂ ਪੇਪਰ ਦੇ ਕੇ ਦੇਖ ਲਾਂਗੇ ਮੇਰਾ ਕਿੰਨਾ ਕੁ ਲੈਵਲ ਹੈ। ਜੇ ਉਹ ਚੀਜ਼ ਦੇਖਣੀ ਹੈ ਫਿਰ ਤਾਂ ਕੁਛ ਵੀ ਨਾ ਕਰੋ, ਠੀਕ ਹੈ ਨਾ। ਤੁਸੀਂ ਪੇਪਰ ਨੂੰ ਕੱਢਣਾ ਚਾਹੁੰਦੇ ਹੋ ਤਾਂ ਉਹਦੀ ਤਿਆਰੀ ਇਸ ਤਰ੍ਹਾਂ ਕਰੋ ਵੀ ਨਿਕਲੇ ਪੇਪਰ, ਤਾਂ ਉਹਦੇ ਲਈ ਤੁਹਾਨੂੰ ਐਕਸਟਰਾ ਐਫਰਟਸ ਲਾਉਣੇ ਪੈਣਗੇ, ਟਿਲ 5 ਜਨਵਰੀ ਲਾਉਣੇ ਪੈਣਗੇ। 5 ਜਨਵਰੀ ਕੋਈ ਬਹੁਤ ਦੂਰ ਨਹੀਂ ਹੈ ਮੇਰੇ ਅਕੋਰਡਿੰਗ, ਇਸ ਪੇਪਰ ਲਈ ਟਾਈਮ ਘੱਟ ਰਹੀ ਆ ਕਿਉਂਕਿ ਸੀਟਾਂ ਬਹੁਤ ਲਿਮਿਟਿਡ ਨੇ। ਤਾਂ ਗੱਲ ਸਮਝਣ ਵਾਲੀ ਇਹੀ ਹੈਗੀ ਆ ਵੀ ਪੰਜਾਬੀ ਪੰਜਾਬ ਜੀ ਕੇ ਰੀਜ਼ਨਿੰਗ ਅਤੇ ਕਰੰਟ ਅਫੇਅਰਸ ਦੇ ਉੱਤੇ ਹੋਲਡ ਐਵੇਂ ਬਣਾ ਲਓ ਵੀ ਪੂਰੇ 'ਚੋਂ ਪੂਰੇ ਐਫਰਟਸ ਤਾਂ ਲਾਓ, ਪੋਸੀਬਲ ਹੈ। ਸਾਰੇ ਸਬਜੈਕਟਸ ਮੈਂ ਇਸ ਤਰ੍ਹਾਂ ਦੇ ਬੋਲ ਰਿਹਾ ਜਿਸ 'ਚ ਪੂਰੇ 'ਚੋਂ ਪੂਰੇ ਪੋਸੀਬਲ ਨੇ, 1-2 ਨੰਬਰ ਚਲੋ ਹਿਊਮਨ ਐਰਰ ਹੋ ਜਾਂਦਾ ਉਹ ਕੱਢ ਦਿਓ, ਵੀ ਪੰਜਾਬ ਜੀ ਕੇ 16-16, ਪੰਜਾਬੀ 13-13, ਕਰੰਟ ਅਫੇਅਰਸ ਜੇ 10 ਆ ਰਹੇ ਹਾਂ ਤਾਂ 10-9 or 8 ਲਾ ਲਓ ਇੱਥੇ। ਇਸ ਤਰ੍ਹਾਂ ਤੁਹਾਡਾ ਜਿਹੜਾ ਹੈਗਾ ਲੈਵਲ ਬਣਨਾ ਚਾਹੀਦਾ ਜੇ ਲੇਬਰ ਇੰਸਪੈਕਟਰ ਦਾ ਪੇਪਰ ਕੱਢਣਾ, ਅਦਰਵਾਈਜ਼ ਤੁਹਾਨੂੰ ਛੱਡ ਦਿਓ। ਬਸ ਇਹ ਹੈ ਵੀ ਦੇ ਆਵਾਂਗੇ ਵੀ ਉਹਨਾਂ ਤਾਂ ਹੈ ਨਹੀਂ, ਪਹਿਲਾਂ ਹੀ ਪਤਾ, ਫਿਰ ਦਿਮਾਗ 'ਚ ਹੀ ਬਿਠਾ ਲਓ। ਹਾਂ, ਹੁਣ ਗੱਲ ਰਹੀ ਸੀਨੀਅਰ ਅਸਿਸਟੈਂਟ ਦੀ, ਉਹ ਹੈਗਾ ਵੀ ਚਲੋ ਤੁਸੀਂ ਚਾਹੁੰਦੇ ਹੋ ਵੀ ਯਾਰ ਸੀਨੀਅਰ ਅਸਿਸਟੈਂਟ ਹੀ ਹੋ ਜਾਏ, ਉਹ ਵੀ ਬਹੁਤ ਹੈ ਕਿਉਂਕਿ ਇਹ ਵੀ ਕੋਈ ਕੱਟ ਤਾਂ ਹੈ ਨਹੀਂ, ਜੋਬ ਤਾਂ ਬਹੁਤ ਵਧੀਆ ਵੀ, ਤਾਂ ਇਹਦੇ ਲਈ ਵੀ ਤੁਹਾਨੂੰ ਜਿਹੜਾ ਹੈਗਾ ਥੋੜ੍ਹਾ ਜਿਹਾ ਤਾਂ ਤਰੀਕੇ ਨਾਲ ਚੱਲਣਾ ਪਏਗਾ। ਇਹਦੇ ਲਈ ਕੀ ਹੈਗਾ, ਆਹ ਚੀਜ਼ ਦੇ ਉੱਤੇ ਹੋਲਡ ਬਣਾਓ। ਚਲੋ ਜੇ ਪੰਜਾਬ ਜੀ ਕੇ ਦੇ ਕੁਛ ਟੋਪਿਕਸ ਇਸ ਤਰ੍ਹਾਂ ਲੱਗਦੇ ਨੇ ਤੁਹਾਨੂੰ ਵੈਸੇ ਨਹੀਂ ਵਧੀਆ ਲੱਗਦੇ, ਡੇਟਸ ਯਾਦ ਹੀ ਨਹੀਂ ਹੁੰਦੀਆਂ, ਕੁਛ ਚੀਜ਼ਾਂ ਇਸ ਤਰ੍ਹਾਂ ਦੀਆਂ, ਉਹ ਛੱਡ ਦਿਓ, ਕੋਈ ਇਸ਼ੂ ਨਹੀਂ। ਪੰਜਾਬੀ ਕੁਛ ਚੈਪਟਰਸ ਇਸ ਤਰ੍ਹਾਂ ਲੱਗਦੇ ਨੇ, 1-2 ਵੀ ਵਾਲੇ ਤਾਂ ਮੈਨੂੰ ਸਮਝ ਨਹੀਂ ਆਏ, ਛੱਡ ਦਿਓ, ਮੁਹਾਵਰੇ ਨਹੀਂ ਕਰਨੇ ਨਾ ਕਰੋ, ਵੋਕੈਬਲਰੀ ਪੜ੍ਹੋ ਹੀ ਨਾ ਇੱਥੇ ਤਾਂ। ਕਰੰਟ ਅਫੇਅਰਸ ਜੇ ਸਾਲ ਦੇ ਨਹੀਂ ਯਾਦ ਰਹਿੰਦੇ, 6 ਮਹੀਨਿਆਂ ਦੇ ਯਾਦ ਕਰ ਲਓ। ਰੀਜ਼ਨਿੰਗ ਦੇ 2-3 ਚੈਪਟਰਸ ਨੇ, ਨਹੀਂ ਸਮਝ ਆਉਂਦੇ ਛੱਡ ਸਕਦੇ ਹੋ। ਮਤਲਬ ਸੀਨੀਅਰ ਅਸਿਸਟੈਂਟ ਦੇ ਵਿੱਚ ਫਲੈਕਸੀਬਿਲਿਟੀ ਲੈ ਕੇ ਆਈ ਜਾ ਸਕਦੀ ਹੈ। ਪੋਲੀਟੀ, ਹਿਸਟਰੀ, ਜੋਗਰਾਫੀ, ਸਟੈਟੀ, GK, ਮਿਸਲੇਨੀਅਸ GK, ਕੰਪਿਊਟਰ, ਇੰਗਲਿਸ਼, ਇਹੋ ਜਿਹੇ ਸਬਜੈਕਟਸ ਦੇ ਉੱਤੇ ਬਹੁਤ ਵਧੀਆ ਹੋਲਡ ਬਣਾ ਲਓ। ਜੇ ਇਹਨਾਂ 'ਚ ਕਮੀ ਹੈ ਤਾਂ ਸੀਨੀਅਰ ਅਸਿਸਟੈਂਟ ਦਾ ਪੇਪਰ ਇਸ ਤਰ੍ਹਾਂ ਕਲੀਅਰ ਕੀਤਾ ਜਾ ਸਕਦਾ ਮੇਰੇ ਅਕੋਰਡਿੰਗ। ਹੁਣ ਦੇਖੋ, ਜੇ ਤੁਸੀਂ ਕਹੋ ਵੀ ਪੜ੍ਹੀਏ ਕਿੱਥੋਂ, ਸੋਰਸ ਕਿਹੜਾ ਵਧੀਆ, ਦੇਖੋ ਪਹਿਲੀ ਗੱਲ ਤਾਂ ਉਹੀ ਹੈ ਜੀ, ਪ੍ਰੈਫਰੈਂਸ 'ਤੇ ਤਾਂ ਮੈਂ ਇਹੀ ਕਹਾਂਗਾ ਵੀ ਤੁਸੀਂ ਜਿਹੜਾ ਹੈਗਾ ਸੰਦੀਪ ਇੰਸਟੀਟਿਊਟ ਪਟਿਆਲਾ ਸਟੱਡੀ ਸਲਿਊਸ਼ਨ ਦੇ ਜਿਹੜੇ ਹੈਗੇ ਨੇ ਨੋਟਸ ਪੜ੍ਹ ਲਓ। ਜੇ ਤੁਹਾਨੂੰ ਲੱਗਦਾ ਵੀ ਤੁਹਾਡੀ ਬਹੁਤ ਵਧੀਆ ਤਿਆਰੀ ਹੋ ਚੁੱਕੀ ਹੈ, ਵੀ ਅਸੀਂ ਕੋਰਸ ਤਾਂ ਨਹੀਂ ਕਰਨਾ ਚਾਹੁੰਦੇ, ਅਸੀਂ ਕਲਾਸਿਸ ਨਹੀਂ ਲਗਾਉਣਾ ਚਾਹੁੰਦੇ, ਵੀ ਸਾਡਾ ਟਾਈਮ ਵੇਸਟ ਹੈ, ਤਾਂ ਸਿਰਫ ਨੋਟਸ ਪੜ੍ਹ ਲਓ। ਜੇ ਇਹ ਵੀ ਤੁਹਾਨੂੰ ਲੱਗਦਾ ਵੀ ਐਕਸਟਰਾ ਹੈਗਾ ਤਾਂ ਸਿਰਫ ਟੈਸਟ ਸੀਰੀਜ਼ ਲਗਾ ਲਓ। ਜੇ ਤੁਹਾਨੂੰ ਲੱਗਦਾ ਵੀ ਸਾਡੀ ਕੋਈ ਵੀ ਤੁਹਾਨੂੰ ਰਿਕੁਆਇਰਮੈਂਟ ਨਹੀਂ ਹੈ, ਵੀ ਸਭ ਕੁਛ ਹੀ ਅਸੀਂ ਆਪ ਕਰ ਲਾਂਗੇ, ਤਾਂ ਤੁਸੀਂ ਸਿਰਫ ਸਾਡੀ ਜਿਹੜੀ ਹੈਗੀ ਗਾਈਡੈਂਸ ਦੇ ਅੰਡਰ ਕਰ ਸਕਦੇ ਹੋ। ਉਹਦੇ ਲਈ ਆਹ ਪ੍ਰੋਵੀਜ਼ਨ ਹੈਗਾ ਵੀ ਤੁਸੀਂ ਲਾਇਬ੍ਰੇਰੀ ਦੇ ਵਿੱਚ ਆ ਕੇ ਆਰਾਮ ਨਾਲ ਪੜ੍ਹ ਸਕਦੇ ਹੋ, ਜਿਹੜੇ ਜਿਹੜੇ ਸੋਰਸਿਸ ਤੋਂ ਪੜ੍ਹ ਰਹੇ ਹੋ ਉਸੀ ਸੋਰਸਿਸ ਤੋਂ ਪੜ੍ਹੀ ਜਾਓ। ਉੱਥੇ ਟੀਚਰਸ ਅਵੇਲੇਬਲ ਹੋਣਗੇ ਸਾਡੇ ਇੰਸਟੀਟਿਊਟ ਦੇ, ਤੁਹਾਨੂੰ ਕੋਈ ਵੀ ਗਾਈਡੈਂਸ ਚਾਹੀਦੀ ਹੈ ਉਹਦੇ ਕੋਈ ਚਾਰਜਿਸ ਨਹੀਂ ਹੈ ਜੀ, ਤੁਹਾਨੂੰ ਮੈਂਟਰਸ਼ਿਪ ਮਿਲ ਜਾਏਗੀ, ਗਾਈਡੈਂਸ ਮਿਲ ਜਾਏਗੀ, ਉਹ ਚੀਜ਼ ਵੀ ਤੁਸੀਂ ਕਰ ਸਕਦੇ ਹੋ। ਬਟ ਤੁਹਾਨੂੰ ਐਫਰਟਸ ਤਾਂ ਲਾਉਣੇ ਪੈਣਗੇ, ਕੁਛ ਨਾ ਕੁਛ ਤਾਂ ਖਾਸ ਕਰਨਾ ਪਏਗਾ, ਤਾਂ ਹੀ ਇੰਨਾ ਖਾਸ ਪੇਪਰ ਲੇਬਰ ਇੰਸਪੈਕਟਰ ਦਾ ਕਲੀਅਰ ਹੋਏਗਾ, ਅਦਰਵਾਈਜ਼ ਨਹੀਂ। ਇਹ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਲਓ। ਹੁਣ ਜੇ ਤੁਸੀਂ ਕਹੋ ਵੀ ਮੈਂ ਇੰਗਲਿਸ਼ ਕਿੱਥੋਂ ਪੜ੍ਹਾਂ, ਕੰਪਿਊਟਰ ਕਿੱਥੋਂ ਪੜ੍ਹਾਂ, ਮੈਥਸ ਕਰਾਂ ਨਾ ਕਰਾਂ, ਰੀਜ਼ਨਿੰਗ ਦਾ ਕੀ ਹਿਸਾਬ ਕਿਤਾਬ ਹੈ, ਜੇ ਹਲੇ ਇੰਨਾ ਪਿੱਛੇ ਚੱਲ ਰਹੇ ਹੋ
ਫਿਰ ਲੇਬਰ ਇੰਸਪੈਕਟਰ ਔਖਾ। ਜੇ ਤੁਹਾਨੂੰ ਬੇਸਿਕ ਕੁਛ ਵੀ ਨਹੀਂ ਪਤਾ, ਜਮਾਂ ਹੀ ਬਿਗਿਨਰ ਹੋ, ਕਦੇ ਪੇਪਰ ਹੀ ਨਹੀਂ ਕੋਈ ਦਿੱਤਾ, ਤਾਂ ਲੇਬਰ ਇੰਸਪੈਕਟਰ ਦਾ ਦਿਮਾਗ 'ਚੋਂ ਕੱਢ ਦਿਉ। ਬਹੁਤ ਹੀ ਮੈਂ ਕਹੂੰਗਾ 52 'ਚੋਂ ਇੱਕ ਸਟੂਡੈਂਟ ਹੋਣ ਦੀ ਸ਼ਾਇਦ ਉਮੀਦ ਹੈਗੀ ਹੈ ਕਿ ਉਹਦਾ ਕੁਆਲੀਫਾਈ ਹੋ ਜੇ, ਵੀ ਉਹਨੇ ਅੱਜ ਤਿਆਰੀ ਸਟਾਰਟ ਕੀਤੀ, ਕੁਛ ਨਹੀਂ ਪਤਾ ਸੀ, ਅੱਜ ਤੋਂ ਪਹਿਲਾਂ ਕੋਈ ਵੀ ਪੇਪਰ ਨਹੀਂ ਦਿੱਤਾ, ਅਤੇ ਹੁਣ ਉਹਨੇ ਤਿਆਰੀ ਸਟਾਰਟ ਕੀਤੀ ਹੈ, ਅਤੇ ਹੁਣ ਉਹ ਲੇਬਰ ਇੰਸਪੈਕਟਰ ਕੱਢ ਦੇਗਾ। ਮੈਨੂੰ ਤਾਂ ਨਹੀਂ ਲੱਗਦਾ ਚਾਂਸਿਸ। ਜੇ ਕੋਈ ਹੈ ਤਾਂ ਜ਼ਰੂਰ ਜੀ ਦੱਸੋ ਸਾਨੂੰ ਕਿਹੜਾ ਕਹਿੰਦਾ ਵੀ ਇੰਨਾ ਕੌਨਫੀਡੈਂਸ ਹੈਗਾ। ਠੀਕ ਹੈ ਜੀ, ਤਾਂ ਦੇਖੋ ਵਾਰ ਵਾਰ ਸਟ੍ਰੈਟਜੀਸ ਬਣਾਈ ਜਾ ਰਹੇ ਹੋ, ਪਲੈਨਿੰਗਸ ਬਣਾਈ ਜਾ ਰਹੇ ਹੋ, ਉਹਦਾ ਕੋਈ ਬੈਨੀਫਿਟ ਨਹੀਂ ਹੋਣਾ ਜੀ, ਸੀਰੀਅਸਲੀ ਕੋਈ ਬੈਨੀਫਿਟ ਨਹੀਂ ਹੋਣਾ। ਜਿੰਨੀ ਜਲਦੀ ਇੱਕ ਸਿੰਪਲ ਜਿਹੀ ਚੀਜ਼ ਸਮਝ ਜਾਓਗੇ ਤਾਂ ਉਨਾ ਵਧੀਆ, ਨਹੀਂ ਤਾਂ ਸਟ੍ਰੈਟਜੀਸ ਤਾਂ ਜੀ ਅੱਜ 10 ਆਈਆਂ ਨੇ, ਕੱਲ੍ਹ 15 ਆ ਜਾਣੀਆਂ, ਫਿਰ 20 ਆ ਜਾਣੀਆਂ, ਇਹ ਤਾਂ 5 ਜਨਵਰੀ ਤੋਂ 4 ਜਨਵਰੀ ਤੱਕ ਚੱਲੀ ਜਾਣੀਆਂ ਨੇ। ਵੀ ਜੇ 5 ਜਨਵਰੀ ਨੂੰ ਪੇਪਰ ਹੈ ਤਾਂ ਤੁਹਾਨੂੰ ਕੋਈ ਬੰਦਾ 4 ਜਨਵਰੀ ਨੂੰ ਵੀ ਸਟ੍ਰੈਟਜੀ ਦੱਸ ਰਿਹਾ ਹੋਊਗਾ, ਉਹ ਤਾਂ ਹੁਣ ਤੁਹਾਡੇ 'ਤੇ ਆ ਵੀ ਤੁਸੀਂ ਪੜ੍ਹਨਾ ਕਿ ਸਟ੍ਰੈਟਜੀ ਸੁਣਨੀ ਹੈ, ਕਿ ਨਵੀਂ ਨਵੀਂ ਸਟ੍ਰੈਟਜੀਸ 'ਤੇ ਦੇਖਣਾ ਵੀ ਕਿਹੜੀ ਵਧੀਆ ਕਿਹੜੀ ਨਹੀਂ ਹੈ। ਠੀਕ ਹੈ ਨਾ, ਤਾਂ ਦੇਖੋ ਥੋੜ੍ਹਾ ਜਿਹਾ ਤਾਂ ਤੁਹਾਨੂੰ ਟਰੱਸਟ ਕਰਨਾ ਪਏਗਾ। ਸੰਧੀਰ ਇੰਸਟੀਟਿਊਟ ਪਟਿਆਲਾ ਸਟੱਡੀ ਸਲਿਊਸ਼ਨ 'ਤੇ ਵੀ ਕਰ ਸਕਦੇ ਹੋ, ਉਹਦਾ ਰੀਜ਼ਨ ਇਹੀ ਹੈ ਜੀ ਜਿਹੜੀ ਸਾਡੇ ਨਾਲ ਫੈਕਲਟੀ ਜੁੜੀ ਹੋਈ ਹੈ ਉਹ ਕੁਆਲੀਫਾਈਡ ਹੈ, ਸਟੂਡੈਂਟਸ ਦੇ ਜਿਹੜੇ ਰਿਜ਼ਲਟਸ ਚੈੱਕ ਕਰ ਸਕਦੇ ਹੋ, ਜਿਹੜੇ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਦਾ ਪੇਪਰ ਹੋਇਆ ਉਹਦੇ ਵਿੱਚ ਤੁਹਾਨੂੰ ਮੇ ਵੀ ਪਤਾ ਹੋਵੇ ਜੀ, ਸਾਡੀ ਫੈਕਲਟੀ ਵੀ ਜਿਹੜੀ ਹੈਗੀ ਹੈ ਟੋਪ ਲਿਸਟ 'ਚ ਆਏਗੀ, ਬਾਕੀ 5-6 ਬੱਚੇ ਇਸ ਤਰ੍ਹਾਂ ਜਿਹੜੇ ਟੋਪ ਦੇ ਮਾਰਕਸ ਨੇ ਵੀ ਟੋਪ ਰੈਂਕਰਸ ਨੇ, ਕੁਆਲੀਫਾਈਡ ਤਾਂ ਬਹੁਤ ਹੋਣਗੇ ਪਰ ਟੋਪ ਰੈਂਕਰਸ ਨੇ। ਹੁਣ ਓਬਵੀਅਸਲੀ ਐਕਸਪੀਰੀਅੰਸ ਦੇ ਨਾਲ ਹੀ ਸਟ੍ਰੈਟਜੀਸ ਬਣਾਈਆਂ ਗਈਆਂ, ਉਹਨਾਂ ਨੇ ਫੋਲੋ ਕੀਤੀਆਂ, ਉਹ ਸਕਸੈਸਫੁਲ ਹੋਈਆਂ, ਉੱਥੋਂ ਫਿਰ ਹੋਰ ਚੀਜ਼ਾਂ ਪਤਾ ਲੱਗਦੀਆਂ ਨੇ, ਉਹ ਤੁਹਾਡੇ ਨਾਲ ਅੱਗੇ ਡਿਸਕਸ ਕਰਦੇ ਹਾਂ। ਇਹੀ ਇੱਕ ਸਿਸਟਮ ਚੱਲ ਰਿਹਾ ਜੀ, ਇੱਕ ਬੰਦਾ ਸਕਸੈਸ ਪਾ ਚੁੱਕਿਆ, ਉਸੇ ਤਰ੍ਹਾਂ ਦੀ ਸਕਸੈਸ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਉਸ ਤੋਂ ਵੀ ਸਿੱਖ ਲਓ, ਉਹਨੂੰ ਫਿਰ ਪੂਰਾ ਜਿਹੜਾ ਹੈਗਾ ਟਰੱਸਟ ਨਾਲ ਫੋਲੋ ਕਰੋ। ਐਟਲੀਸਟ ਇੱਕ ਵਾਰ ਤੁਸੀਂ ਫੋਲੋ ਕਰਕੇ ਦੇਖੋ, ਤੁਹਾਨੂੰ ਆਪਣੇ ਆਪ ਰਿਜ਼ਲਟਸ ਦੇ ਵਿੱਚ ਡਿਫਰੈਂਸ ਦਿਖੇਗਾ, ਤੁਹਾਨੂੰ ਆਪਣੇ ਆਪ ਪਤਾ ਲੱਗੂਗਾ ਵੀ ਹਾਂ ਮੈਂ ਇੱਥੇ ਗਲਤੀ ਕਰ ਰਿਹਾ ਸੀ। ਠੀਕ ਹੈ ਜੀ, ਤਾਂ ਕਿਰਪਾ ਕਰਕੇ ਜਿਹੜਾ ਹੈਗਾ, ਜੇ ਲੇਬਰ ਇੰਸਪੈਕਟਰ ਵਰਗੇ ਪੇਪਰ ਕੁਆਲੀਫਾਈ ਕਰਨਾ ਚਾਹੁੰਦੇ ਹੋ ਤਾਂ ਆਪਣੇ ਆਪ ਨੂੰ ਸਮਝਾਉਣਾ ਸ਼ੁਰੂ ਕਰੋ, ਨਾ ਕਿ ਦੂਜਿਆਂ ਨੂੰ। ਓਕੇ, ਫਿਰ ਵਿਸ਼ ਯੂ ਆਲ ਦਾ ਬੈਸਟ, ਥੈਂਕ ਯੂ।